ਅਕਾਲ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਗੁਰਬਾਣੀ ਵਿਚਾਰ ਚਰਚਾ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜੀ ਆਇਆਂ ਨੂੰ ਆਖ ਰਿਹਾ ਤੁਹਾਡਾ ਆਪਣਾ ਸਵਰਨ ਸਿੰਘ। ਅੱਜ ਦੇ ਇਸ ਗੁਰਬਾਣੀ ਸਿਫਤ ਸਲਾਹ ਵਿਚਾਰ ਚਰਚਾ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਬਸੰਤ ਦੀ। ਆਮ ਦੇਖਣ ਦੇ ਵਿੱਚ ਆਉਂਦਾ ਹੈ ਕਿ ਬਸੰਤ ਪੰਚਮੀ ਅਤੇ ਬਸੰਤ ਇਹਨਾਂ ਦੇ ਵਿਚਕਾਰ ਲੋਕਾਂ ਦੇ ਮਨਾਂ ਦੇ ਵਿੱਚ ਕੁਝ ਭੁਲੇਖੇ ਹਨ। ਆਮ ਤੌਰ 'ਤੇ ਇਹਨਾਂ ਦੋਨਾਂ ਨੂੰ ਇੱਕੋ ਹੀ ਨਜ਼ਰ ਦੇ ਨਾਲ ਇੱਕੋ ਹੀ ਰੂਪ ਦੇ ਵਿੱਚ ਦੇਖਿਆ ਜਾਂਦਾ ਜਾਂ ਆਪਸ ਦੇ ਵਿੱਚ ਵਿਚਾਰ ਕੀਤੀ ਜਾਂਦੀ ਹੈ, ਪਰ ਅਸਲੋਂ ਇਹ ਦੋਨੋਂ ਇੱਕ ਦੂਜੇ ਤੋਂ ਅੱਡ ਹਨ, ਵੱਖ ਹਨ। ਜਿੱਥੇ ਤੱਕ ਅਸੀਂ ਬਸੰਤ ਪੰਚਮੀ ਦੀ ਗੱਲ ਕਰਦੇ ਹਾਂ, ਉਹ ਇੱਕ ਭਾਰਤੀ ਪਰੰਪਰਾ ਦਾ ਇੱਕ ਮੌਸਮੀ ਤਿਉਹਾਰ ਹੈ, ਫੈਸਟੀਵਲ ਹੈ, ਜੋ ਆਰੰਭ ਹੁੰਦਾ ਜਨਵਰੀ ਦੇ ਅਖੀਰਲੇ ਹਫ਼ਤੇ ਵਿੱਚ ਜਾਂ ਫਿਰ ਫਰਵਰੀ ਦੇ ਪਹਿਲੇ ਹਫ਼ਤੇ ਦੇ ਵਿੱਚ। ਪਰ ਜੇਕਰ ਅਸੀਂ ਬਸੰਤ ਦੀ ਗੱਲ ਕਰੀਏ ਤਾਂ ਇਹ ਬਸੰਤ ਇੱਕ ਰੁੱਤ ਹੈ ਜਿਸ ਦਾ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਜ਼ਿਕਰ ਕੀਤਾ ਹੈ। ਗੁਰੂ ਸਾਹਿਬ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਅਮਰਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਇਲਾਵਾ ਭਗਤਾਂ ਨੇ, ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ, ਬਾਣੀ ਦੇ ਵਿੱਚ ਇਸ ਰੁੱਤ ਦਾ ਜ਼ਿਕਰ ਕੀਤਾ ਹੈ। ਇਹ ਜੋ ਰੁੱਤ ਹੈ ਬਸੰਤ ਦੀ, ਇਹਦੀ ਜੋ ਆਰੰਭਤਾ ਹੈ ਉਹ ਮਾਰਚ ਦੇ ਮੱਧ ਵਿੱਚੋਂ ਲੈ ਕੇ ਮਈ ਦੇ ਮੱਧ ਤੱਕ ਚੱਲਦੀ ਹੈ। ਇਹ ਸਮਾਂ ਹੈ ਬਸੰਤ ਰੁੱਤ ਦਾ, ਉਹ ਮੌਸਮ ਜਿਹਦੇ ਵਿੱਚ ਸਾਰਾ ਆਲਾ ਦੁਆਲਾ ਖਿੜ ਜਾਂਦਾ ਹੈ। ਗੁਰੂ ਸਾਹਿਬ ਨੇ ਗੁਰਬਾਣੀ ਰਾਹੀਂ ਸਾਨੂੰ ਇਸ ਆਲੇ ਦੁਆਲੇ ਦੇ ਵਿੱਚ ਖਿੜੇ ਹੋਏ ਮਨੁੱਖੀ ਮਨ ਨੂੰ ਉਸ ਅਕਾਲ ਪੁਰਖ ਪਰਮਾਤਮਾ ਦੇ ਖੇੜੇ ਤੱਕ ਲਿਜਾਣ ਦਾ ਉਪਦੇਸ਼ ਦਿੱਤਾ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇਸੇ ਬਸੰਤ ਰੁੱਤ ਬਾਰੇ ਔਰ ਗੁਰੂ ਸਾਹਿਬ ਜੀ ਨੇ ਜੋ ਬਸੰਤ ਰਾਗ ਦੀ ਪਰੰਪਰਾ ਸਾਨੂੰ ਬਖਸ਼ਿਸ਼ ਕੀਤੀ ਹੈ, ਇਸ ਵਿਸ਼ੇ 'ਤੇ ਅਸੀਂ ਵਿਚਾਰ ਚਰਚਾ ਕਰਾਂਗੇ। ਗੁਰੂ ਰੂਪ ਸਤਸੰਗ ਜੀਓ, ਗੁਰਬਾਣੀ ਵਿਚਾਰ ਚਰਚਾ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਸੰਤ ਵਿਸ਼ੇ ਦੇ ਉੱਤੇ ਵਿਚਾਰ ਚਰਚਾ ਕਰਨ ਲਈ ਸਾਡੇ ਨਾਲ ਜੁੜੇ ਹਨ ਵੀਰ ਗੁਰਮੁਖ ਸਿੰਘ ਜੀ, ਜੋ ਕਿ ਸੰਗੀਤ ਪ੍ਰਭਾਕਰ ਹਨ ਔਰ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਗੁਰੂ ਅਰਜਨ ਦੇਵ ਸੰਗੀਤ ਅਕੈਡਮੀ ਚਲਾ ਰਹੇ ਨੇ, ਜਿੱਥੇ ਰਾਗ ਆਧਾਰਿਤ ਕੀਰਤਨ ਦੀ ਇਹ ਸੇਵਾ ਆਪ ਨਿਭਾਉਂਦੇ ਨੇ। ਉੱਥੇ ਨਾਲ ਹੀ ਗੁਰਸਿੱਖ ਬੱਚੇ ਅਤੇ ਬੱਚੀਆਂ ਨੂੰ ਗੁਰਬਾਣੀ ਦੇ ਵਿੱਚ ਰਾਗਾਂ ਦੇ ਆਧਾਰ 'ਤੇ ਕੀਰਤਨ ਕਰਨ ਵੱਲ ਪ੍ਰੇਰਿਤ ਕਰਦੇ ਨੇ। ਵੀਰ ਗੁਰਮੁਖ ਸਿੰਘ ਜੀ, ਆਪ ਜੀ ਦਾ ਅਕਾਲ ਚੈਨਲ ਦੇ ਵਿੱਚ ਬਹੁਤ ਬਹੁਤ ਜੀ ਆਇਆਂ ਨੂੰ। ਆਓ ਸਭ ਤੋਂ ਪਹਿਲੇ ਸੰਗਤਾਂ ਨਾਲ ਫਤਿਹ ਦੀ ਸਾਂਝ ਪਾਈਏ, ਕਰੋ ਕਿਰਪਾ, ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਸੰਤ, ਜਿਸ ਤਰ੍ਹਾਂ ਕਿ ਅਸੀਂ ਹੁਣੇ ਗੱਲ ਕੀਤੀ ਕਿ ਇੱਕ ਬਸੰਤ ਰੁੱਤ ਹੈ ਅਤੇ ਇੱਕ ਬਸੰਤ ਪੰਚਮੀ ਇੱਕ ਤਿਉਹਾਰ ਹੈ। ਬਸੰਤ ਪੰਚਮੀ ਨੂੰ ਭਾਰਤੀ ਸੱਭਿਆਚਾਰ ਦੀ, ਸੰਸਕ੍ਰਿਤੀ ਦੀ ਇੱਕ ਤਿਉਹਾਰ ਦੇ ਰੂਪ ਦੇ ਵਿੱਚ ਮਨਾਈ ਜਾਣ ਵਾਲੀ ਇੱਕ ਵਿਸ਼ੇਸ਼ ਵਨੰਗੀ ਹੈ। ਪਰ ਜਿੱਥੇ ਤੱਕ ਬਸੰਤ ਰੁੱਤ ਦੀ ਗੱਲ ਕਰਦੇ ਹਾਂ, ਉਹ ਬਸੰਤ ਜੋ ਹੈ ਉਹ ਸਿੱਧਾ ਗੁਰਬਾਣੀ ਦੇ ਨਾਲ ਸੰਬੰਧਿਤ ਹੈ। ਆਓ ਸਭ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਵੀਰ ਗੁਰਮੁਖ ਸਿੰਘ ਜੀ ਪਾਸੋਂ ਕਿ ਬਸੰਤ ਦੇ ਅਰਥ ਕੀ ਨੇ। ਗੁਰਮੁਖ ਸਿੰਘ ਜੀ, ਸਭ ਤੋਂ ਪਹਿਲੇ ਅਸੀਂ ਗੱਲ ਕਰਦੇ ਹਾਂ ਕਿ ਬਸੰਤ ਦੇ ਸ਼ਬਦੀ ਅਰਥ ਕੀ ਹਨ। ਭਾਈ ਸਾਹਿਬ ਜੀ, ਸੰਸਕ੍ਰਿਤ ਵਿੱਚ ਸ਼ਬਦ ਆਉਂਦਾ ਹੈ ਬਸੰਤ, ਅਤੇ ਬਸੰਤ ਤੋਂ ਹੀ ਹੈ ਗੁਰਬਾਣੀ ਵਿੱਚ ਜਾਂ ਪੰਜਾਬੀ ਵਿੱਚ ਉਹਨੂੰ ਬੱਬਾ ਕਰਕੇ ਲਿਆ ਗਿਆ ਹੈ, ਅਤੇ ਬਸੰਤ ਜਿਸ ਦਾ ਆਖਰੀ ਭਾਵ ਹੈ ਹਰਿਆਵਲ ਅਤੇ ਖਿੜਿਆ ਹੋਇਆ। ਅਤੇ ਬਸੰਤ ਵਿੱਚ ਇੱਕ ਪੁਰਾਤਨ ਜੋ ਸ਼ੈਲੀ ਹੈ ਜਾਂ ਬਸੰਤ ਪੰਚਮੀ ਕਰਕੇ ਜਾਂ ਰਾਗ ਗਾਇਨ ਕਰਕੇ, ਉਸ ਵਿੱਚ ਜਿੱਧਰ ਵੀ ਬਸੰਤ ਦੀ ਗੱਲ ਆਉਂਦੀ ਹੈ ਉੱਧਰ ਖਿੜਾਵ ਦੀ, ਫੁੱਲਾਂ ਦੀ ਅਤੇ ਹਰਿਆਵਲ ਦੀ ਗੱਲ ਆਉਂਦੀ ਹੈ। ਅਤੇ ਗੁਰੂ ਸਾਹਿਬ ਨੂੰ ਉਹਨੂੰ ਉਦਾਹਰਣ ਮੰਨ ਕੇ ਹੀ ਇਹ ਸਾਰੀ ਗੁਰਬਾਣੀ ਵਿੱਚ ਜਿੱਥੇ ਬਸੰਤ ਰਾਗ ਲਿਆ ਉੱਥੇ ਬਸੰਤ ਦੀ ਬਾਣੀ ਲਈ ਅਤੇ ਆਤਮਕ ਖਿੜਾਵ ਦੀ ਗੱਲ ਕੀਤੀ ਗਈ ਹੈ। ਆਤਮਕ ਖਿੜਾਵ, ਸਾਨੂੰ ਵੀਰ ਗੁਰਮੁਖ ਸਿੰਘ ਜੀ ਨੇ ਦੱਸਿਆ ਕਿ ਬਸੰਤ ਜੋ ਹੈ ਉਹ ਆਲੇ ਦੁਆਲੇ ਦੇ ਵਿੱਚ ਖਿੜੇ ਹੋਏ ਹਰ ਇੱਕ ਨਜ਼ਾਰੇ ਦੇ ਵਿੱਚੋਂ ਗੁਰੂ ਸਾਹਿਬ ਜੀ ਉਦਾਹਰਣ ਦਿੰਦੇ ਹੋਏ ਸਾਨੂੰ ਆਤਮਕ ਖਿੜਾਅ ਦੀ ਗੱਲ ਸਮਝਾਉਂਦੇ। ਵੀਰ ਗੁਰਮੁਖ ਸਿੰਘ ਜੀ, ਇਹ ਬਸੰਤ ਜੋ ਹੈ ਇੱਕ ਰਾਗ ਹੈ, ਅਤੇ ਜੇਕਰ ਅਸੀਂ ਦੇਖੀਏ ਤਾਂ ਸਾਡੀ ਭਾਰਤੀ ਪਰੰਪਰਾ ਉਹ ਵੀ ਸ਼ਾਸਤਰੀ ਸੰਗੀਤ ਦੇ ਹਿਸਾਬ ਦੇ ਨਾਲ ਬਹੁਤ ਪੁਰਾਤਨ ਪਰੰਪਰਾ ਹੈ ਜੀ, ਜਿਹਦੇ ਵਿੱਚ ਸਾਰਾ ਰਾਗ ਜੋ ਹੈ ਉਹ ਭਾਰਤੀ ਸੰਗੀਤ ਪਰੰਪਰਾ ਦੇ ਵਿੱਚ ਵੀ ਪ੍ਰਾਪਤ ਹੁੰਦਾ ਹੈ। ਹੁਣ
ਜਿੱਥੇ ਤੱਕ ਅਸੀਂ ਭਾਰਤੀ ਸੰਗੀਤ ਪਰੰਪਰਾ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਉਹ ਬਸੰਤ ਬੋਲਦੇ ਨੇ ਤੇ ਪਰ ਜਦੋਂ ਅਸੀਂ ਗੁਰਬਾਣੀ ਦੀ ਗੱਲ ਕਰਦੇ ਹਾਂ ਤਾਂ ਇੱਥੇ ਰਾਗ ਆਉਂਦਾ ਹੈ ਬਸੰਤ। ਇਹ ਬਸੰਤ ਰਾਗ ਜੋ ਗੁਰਮਤ ਦਾ ਰਾਗ ਹੈ ਔਰ ਜੋ ਭਾਰਤੀ ਪਰੰਪਰਾ ਅਨੁਸਾਰ ਬਸੰਤ ਰਾਗ ਗਾਇਆ ਜਾਂਦਾ ਹੈ, ਇਹਨਾਂ ਦੋਨਾਂ ਦੇ ਵਿਚਕਾਰ ਕੀ ਫਰਕ ਹੈ ਕੋਈ? ਹਾਂਜੀ ਬਿਲਕੁਲ ਹੈ। ਗੁਰੂ ਸਾਹਿਬ ਨੇ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਣੀ ਦਰਜ ਕੀਤੀ ਤੇ ਪੁਰਾਤਨ ਰਾਗ ਦਰਜ ਕੀਤੇ ਤੇ ਕੀਰਤਨੀਆਂ ਨੇ ਰਾਗੀਆਂ ਨੇ ਪੁਰਾਤਨ ਰਾਗੀਆਂ ਨੇ ਸੀਨਾ ਪਸੀਨਾ ਉਹ ਜਿਹੜੀ ਬੰਦਿਸ਼ਾਂ ਹਨ ਉਹ ਰੀਤਾਂ ਹਨ ਆਪਣੇ ਸੰਭਾਲ ਕੇ ਰੱਖੀਆਂ ਤੇ ਆਉਣ ਵਾਲੇ ਆਪਣੇ ਸ਼ਿਸ਼ਿਆਂ ਨੂੰ ਸ਼ਗਿਰਦਾਂ ਨੂੰ ਆਪਣੇ ਬੱਚਿਆਂ ਨੂੰ ਉਹ ਜਿਹੜੀ ਹੈ ਕੀਰਤਨ ਦੀ ਦਾਤ ਦਿੱਤੀ ਤੇ ਉਹ ਇਹ ਵਡਿਆਈ ਹੈ ਗੁਰੂ ਘਰ ਦੀ, ਗੁਰੂ ਘਰ ਦੇ ਰਾਗੀਆਂ ਦੀ, ਕੀਰਤਨੀਆਂ ਦੀ ਕਿ 550 ਸਾਲ ਪੁਰਾਤਨ ਜਿਹੜੀ ਬੰਦਿਸ਼ਾਂ ਹਨ ਜੋ ਰੀਤਾਂ ਹਨ ਜੋ ਰਾਗ ਹਨ ਉਸੇ ਹੀ ਰੂਪ ਵਿੱਚ ਜੋ ਗੁਰੂ ਸਾਹਿਬ ਨੇ ਆਪਣੇ ਮੁਖਾਰ ਬਿੰਦ ਤੋਂ ਗਾਇਨ ਕੀਤੇ ਅੱਜ ਸਾਡੇ ਕੋਲ ਉਹ ਉਪਲਬਧ ਹਨ, ਅਸੀਂ ਉਹੀ ਗਾਇਨ ਕਰ ਰਹੇ ਹਨ। ਤੇ ਜਿੱਥੇ ਭਾਰਤੀ ਸੰਗੀਤ ਦੀ ਗੱਲ ਕਰੀਏ, ਇੱਕ ਮਨੁੱਖਾ ਜਨਮ ਹੈ ਹੋਰੇ ਜੀਵਨ ਹੈ ਇਹ ਪਰਿਵਰਤਨਸ਼ੀਲ ਹੈ, ਜੀਵ ਜੰਤੂਆਂ 'ਚ ਵੀ ਬਦਲਾਵ ਆਉਂਦੇ ਹਨ, ਪ੍ਰਕਿਰਤੀ 'ਚ ਵੀ ਬਦਲਾਵ ਆਉਂਦੇ ਹਨ ਤੇ ਮਨੁੱਖੀ ਜੀਵਨ ਦੇ ਆਪਣੇ ਬਦਲਾਵ ਆਉਂਦੇ ਹਨ ਤੇ ਉਹਦੇ ਨਾਲ ਨਾਲ ਉਸਦੇ ਰਾਗ ਵਿੱਚ ਵੀ ਬਦਲਾਵ ਆਉਂਦਾ ਹੈ। ਪਹਿਲੇ ਸ਼ੁੱਧ ਸਵਰ ਲੱਗਦੇ ਹੀ ਬਸੰਤ ਰਾਗ ਵਿੱਚ ਜਿਹੜੀ ਪੁਰਾਤਨ ਗ੍ਰੰਥਾਂ ਤੋਂ ਪੜ੍ਹ ਕੇ ਪਤਾ ਲੱਗਦਾ ਹੈ, ਫਿਰ ਹੌਲੀ ਹੌਲੀ ਇਹਦੇ ਸਤੀਵਰ ਸੁਰ ਲੱਗਣ ਲੱਗ ਲੱਗੇ ਤੇ ਮਨੁੱਖਾ ਜਨਮ ਦੇ ਸਵਾਦ ਦੇ ਹਿਸਾਬ ਨਾਲ ਇਹ 'ਚ ਹੋਰ ਮਿਸ਼ਰ ਰਾਗਾਂ ਦਾ ਸੁਮੇਲ ਹੁੰਦਾ ਗਿਆ ਤੇ ਬਸੰਤ ਅੱਜ ਭਾਂਤ ਭਾਂਤ ਪ੍ਰਕਾਰ ਦੇ ਨਾਲ ਗਾਇਆ ਜਾ ਰਿਹਾ ਹੈ। ਤੇ ਪਰ ਗੁਰੂ ਗ੍ਰੰਥ ਸਾਹਿਬ ਦੇ ਬਸੰਤ ਦੀ ਗੱਲ ਕਰੀਏ ਤੇ ਸਾਡੇ ਰਾਗੀ ਰਬਾਬੀ ਸਿੰਘਾਂ ਨੇ ਉਹ ਪੁਰਾਤਨ ਬਸੰਤ ਜਿਹੜਾ ਸੁਸ਼ੁਧ ਸਵਰਾਂ ਵਾਲਾ ਬੋਲਦੇ ਹਨ ਉਹ ਅੱਜ ਵੀ ਦਰਬਾਰ ਸਾਹਿਬ ਦੇ ਰਾਗੀ ਸਿੰਘ ਜੋ ਹਨ ਗਾਇਨ ਕਰਦੇ ਹਨ ਤੇ ਸਾਨੂੰ ਸ਼ੁੱਧ ਸਵਰ ਜਿਹਨੂੰ ਸ਼ੁੱਧ ਬਸੰਤ ਜਾਂ ਬਿਲਾਵਲ ਠਾੜ ਦਾ ਬਸੰਤ ਆਖਦੇ ਹਨ ਉਹ ਸਾਨੂੰ ਸੁਣਨ ਨੂੰ ਤੇ ਦਰਬਾਰ ਸਾਹਿਬ ਦੇ ਜਾਂ ਹੋਰ ਰਾਗੇ ਪਾਸੋਂ ਮਿਲਦਾ ਹੈ। ਜੇ ਗੁਰਮੁਖ ਸਿੰਘ ਜੀ, ਆਮ ਤੌਰ ਤੇ ਅਸੀਂ ਬਸੰਤ ਰਾਗ ਜੋ ਹੈ ਰਾਗੀ ਸਿੰਘਾਂ ਪਾਸੋਂ ਕਈ ਵਾਰ ਸੁਣਿਆ ਵੀ ਹੈ। ਮੈਂ ਇੱਥੇ ਅਕਾਲ ਚੈਨਲ ਤੇ ਆਪ ਜੀ ਨੂੰ ਇੱਕ ਬੇਨਤੀ ਜ਼ਰੂਰ ਕਰਾਂਗਾ ਕਿ ਬਸੰਤ ਰਾਗ ਦੀ ਇੱਕ ਬੰਦਿਸ਼ ਜੋ ਹੈ ਉਹ ਇਸ ਵੇਲੇ ਜ਼ਰੂਰ ਦਰਸ਼ਕਾਂ ਦੇ ਸਾਹਮਣੇ ਆਪ ਜੀ ਥੋੜ੍ਹਾ ਗਾ ਕੇ ਜੋ ਹੈ ਪੇਸ਼ ਕਰਨ ਦੀ ਕਿਰਪਾ ਕਰੋ। ਬਸੰਤ ਰਾਗ ਦਾ ਸ਼ਬਦ ਜੋ ਦੇ ਸਵਰ ਹਨ ਸਾ ਗਾ ਮਾ ਧਾ ਪਾ ਮਾ ਗਾ ਮ ਧਾਨੀ ਧਾਨੀ ਸਾ ਸਾ ਨੀ ਧਾ ਪਾ ਮਾ ਗਾ ਮ ਗਰੇ ਸਾ। ਇਹ ਸ਼ੁੱਧ ਸਵਰ ਜੋ ਬਸੰਤ ਰਾਗ 'ਚ ਲੱਗਦੇ ਹਨ ਬਿਲਾਵਲ ਠਾੜ ਦੇ ਤੇ ਬੰਦਿਸ਼ਾਂ ਬੜੀ ਮਨੋਹਰ ਮਧੁਰ ਹਨ ਇਸ ਜੋ ਰਾਗੀ ਸਾਹਿਬਾਨ ਗਾਉਂਦੇ ਹਨ, ਜਿਸ ਤਰ੍ਹਾਂ ਕਿ ਮੌਲੀ ਧਰਤੀ ਮੌਲਿਆ ਆਕਾਸ਼ ਭਗਤ ਕਬੀਰ ਜੀ ਦੀ ਬਾਣੀ ਹੈ ਤੇ ਬੜੇ ਹੀ ਮਨੋਹਰ ਤਰੀਕੇ ਨਾਲ ਇਹਨੂੰ ਗਾਇਨ ਕੀਤਾ ਜਾਂਦਾ ਹੈ ਰਾਗ ਠਾਠ ਬਿਲਾਵਲ ਵਿੱਚ, ਠਾਠ ਮਾਰਵ ਵਿੱਚ, ਠਾਠ ਪੂਰਵੀ ਵਿੱਚ। ਤੇ ਬਸੰਤ ਜੋ ਬਿਲਾਵਲ ਹੈ ਉਹ ਅੰਗ ਆਪ ਜੀ ਨੂੰ ਹੁਣ ਸਵਰਨ ਕਰਾਇਆ ਹੈ ਤੇ ਇਸ 'ਚ ਇੱਕ ਅਗਰ ਇਹਦੀ ਪੰਕਤੀ ਗਾਇਨ ਕਰਕੇ ਦੇਖੀਏ ਤੇ ਗਮ ਧਾ ਨੀ ਸਾ ਸਾ ਨੀ ਧਾ ਪਾ ਮਾ ਗਾ ਮਾ ਗਰੇ ਸਾ ਮੌਲੀ ਧਰਤੀ ਮੌਲੇ ਆਇਆ ਕਾਸ਼ ਮੌਲੀ ਧਰਤੀ ਮੌਲੇ ਆਇਆ ਕਾਸ਼ ਕੱਟ ਕੱਟ ਮੌਲੇ ਆਇਆ ਤਮ ਪਰਗਾਸ ਕੱਟ ਕੱਟ ਮੌਲੇ ਆਇਆ ਤਮ ਪਰਗਾਸ ਮੌਲੀ ਧਰਤੀ ਮੌਲੇ ਆਇਆ ਕਾਸ਼। ਵਾਹ ਜੀ ਵਾਹ ਵੀਰ ਗੁਰਮੁਖ ਸਿੰਘ ਜੀ, ਇਹ ਬੰਦਿਸ਼ ਜੋ ਤੁਸੀਂ ਗਾਈ ਹੈ ਇਸ ਰਾਗ ਦੇ ਵਿੱਚ ਕਿਤਨਾ ਆਨੰਦ ਜੋ ਹੈ ਮਨ ਨੂੰ ਦੇ ਰਹੀ ਹੈ। ਗੁਰੂ ਸਾਹਿਬ ਜੀ ਨੇ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸਾਨੂੰ ਬਖਸ਼ਿਸ਼ ਕੀਤੀ ਹੈ ਇੱਕ ਰਾਗ ਪਰੰਪਰਾ, ਅਸੀਂ ਕਿਤੇ ਭੁਲੇਖੇ 'ਚ ਨਾ ਰਹੀਏ ਕਿ ਬਸੰਤ ਪੰਚਮੀ ਔਰ ਬਸੰਤ ਦੀ ਇਸ ਰੁੱਤ ਨੂੰ, ਬਸੰਤ ਰਾਗ ਨੂੰ, ਬਸੰਤ ਰਾਗ ਦੇ ਵਿੱਚ ਗੁਰੂ ਸਾਹਿਬ ਜੀ ਦੁਆਰਾ ਉਚਾਰੀ ਹੋਈ ਬਾਣੀ ਨੂੰ ਅਸੀਂ ਇਸ ਤਰ੍ਹਾਂ ਮਿਕਸ ਨਾ ਕਰੀਏ। ਬਸੰਤ ਰੁੱਤ ਦੀ ਆਪਣੀ ਮਹੱਤਤਾ ਹੈ ਜੋ ਗੁਰੂ ਸਾਹਿਬ ਜੀ ਨੇ ਸਾਨੂੰ ਬਸੰਤ ਰਾਗ ਰਾਹੀਂ ਗੁਰਬਾਣੀ ਉਚਾਰਨ ਕਰਕੇ ਸਾਡੀ ਝੋਲੀ ਦੇ ਵਿੱਚ ਪਾਈ ਹੈ। ਜਿਸ ਵੇਲੇ ਜੀਵ ਇਸ ਬਾਣੀ ਨੂੰ ਇਸ ਰਾਗ ਦੇ ਨਾਲ ਗਾ ਕੇ ਉਸ ਪਰਮਾਤਮਾ ਦੇ ਨਾਲ ਸਾਂਝ ਪਾਉਣ ਦਾ ਯਤਨ ਕਰਦਾ, ਅਧਿਆਤਮ ਮੰਡਲ ਦੇ ਵਿੱਚ ਉਡਾਰੀਆਂ ਮਾਰਦਾ ਤੇ ਫਿਰ ਉਹਦੇ ਮਨ ਦੀ ਜਿਹੜੀ ਅਵਸਥਾ ਹੈ ਉਹ ਮਨ ਖਿੜ ਜਾਂਦਾ ਜਿਸ ਤਰ੍ਹਾਂ ਆਲਾ ਦੁਆਲਾ ਖਿੜਿਆ ਹੁੰਦਾ। ਗੁਰੂ ਸਾਧ ਸੰਗਤ ਜੀਓ, ਆਓ ਇੱਕ ਜੋ ਸਵਾਲ ਹੋਰ ਸਾਡੇ ਇਸ ਵੇਲੇ ਸਾਡੇ ਸਾਹਮਣੇ ਆ ਰਿਹਾ ਕਿ ਅਸੀਂ ਦੇਖਦੇ ਹਾਂ ਕਿ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਜਦੋਂ ਕੀਰਤਨ ਦੀ ਆਰੰਭਤਾ ਹੁੰਦੀ ਹੈ ਤੇ ਬਸੰਤ ਰਾਗ ਦੇ ਸ਼ਬਦ ਦੇ ਨਾਲ ਹੁੰਦੀ ਹੈ, ਇੱਕ ਪਰੰਪਰਾ ਹੈ। ਜਦੋਂ ਵੀ ਦਰਬਾਰ ਸਾਹਿਬ ਦੇ ਵਿੱਚ ਰਾਗੀ ਸਾਹਿਬਾਨ ਕੀਰਤਨ ਆਰੰਭ ਕਰਦੇ ਨੇ ਇਹਨਾਂ ਦਿਨਾਂ ਦੇ ਵਿਚਕਾਰ
ਬਸੰਤ ਰਾਗ ਦੇ ਸ਼ਬਦ ਨਾਲ ਕਰਦੇ ਨੇ। ਵੀਰ ਗੁਰਮੁਖ ਸਿੰਘ ਜੀ, ਸਾਨੂੰ ਆਪ ਜੀ ਇਹ ਦੱਸਣ ਦੀ ਕਿਰਪਾਲਤਾ ਕਰੋ, ਸੰਗਤਾਂ ਦੇ ਨਾਲ ਇਸ ਗੱਲ ਦੇ ਉੱਤੇ ਜ਼ਰੂਰ ਚਾਨਣ ਪਾਓ ਕਿ ਇਹ ਜੋ ਬਸੰਤ ਰਾਗ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਕੀਰਤਨ ਗਾਉਣ ਦੀ ਜੋ ਆਰੰਭਤਾ ਹੈ, ਇਹ ਕਿਹੜੇ ਮਹੀਨੇ ਤੋਂ, ਕਿਹੜੇ ਦਿਨ ਤੋਂ, ਕਿਹੜੇ ਖਾਸ ਸਮੇਂ ਤੋਂ ਸ਼ੁਰੂ ਹੁੰਦੀ ਹੈ ਔਰ ਕਦੋਂ ਤੱਕ ਇਹ ਬਸੰਤ ਰਾਗ ਦੇ ਵਿੱਚ ਇਸ ਤਰ੍ਹਾਂ ਚੱਲਦਾ? ਪੁਰਾਤਨ ਰਵਾਇਤ ਹੈ, ਮਰਿਆਦਾ ਹੈ, ਪਰੰਪਰਾ ਹੈ ਸੰਗੀਤ ਦੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਕੀਰਤਨ ਦੀ, ਕਿ 9 ਚੌਂਕੀਆਂ ਲੱਗਦੀਆਂ ਹਨ ਅਤੇ ਉਹਨਾਂ ਵਿੱਚੋਂ ਹੀ ਇੱਕ ਰਿਤੂਕਾਲੀਨ ਜਿਵੇਂ ਰਾਗ ਬਸੰਤ ਹੈ, ਇਹ ਗਾਇਨ ਹੁੰਦਾ ਹੈ 2 ਮਹੀਨੇ ਅਤੇ ਮਾਘੀ ਦੀ ਸੰਗਰਾਂਦ ਤੋਂ ਇਹ ਰਾਗ ਆਰੰਭ ਹੁੰਦਾ ਹੈ ਅਤੇ ਉਸ ਤੋਂ ਇੱਕ ਦਿਨ ਪਹਿਲਾਂ ਹੀ ਜੋ ਲੋਹੜੀ ਵਾਲੀ ਕਹਿੰਦੇ ਰਾਤ ਹੈ, 9 ਵਜੇ, ਰਾਤੀ 9 ਵਜੇ ਕੀਰਤਨ ਚੱਲ ਰਿਹਾ ਹੁੰਦਾ ਦਰਬਾਰ ਸਾਹਿਬ 'ਤੇ। ਕੀਰਤਨ ਸ਼ਬਦ ਦੀ ਸਮਾਪਤੀ ਉਪਰੰਤ ਹੀ ਅਰਦਾਸੀਆ ਸਿੰਘ ਜੋ ਹੈ ਇਸ ਰਾਗ ਦੇ ਖੁੱਲ੍ਹਣ ਦੀ ਅਰਦਾਸ ਕਰਦਾ ਹੈ ਅਤੇ ਸਤਿਗੁਰ ਸਾਹਿਬ ਤੋਂ ਇਜਾਜ਼ਤ ਲੈ ਕੇ, ਆਗਿਆ ਲੈ ਕੇ ਇਸ ਰਾਗ ਨੂੰ ਗਾਉਣ ਦੀ ਅਤੇ ਰਸਮੀ ਤੌਰ 'ਤੇ ਪਰੰਪਰਾ ਨਾਲ ਆਗਿਆ ਮੰਗੀ ਜਾਂਦੀ ਹੈ ਅਤੇ ਅਰਦਾਸ ਤੋਂ ਤੁਰੰਤ ਬਾਅਦ ਹੀ ਰਾਗੀ ਸਿੰਘ ਬਸੰਤ ਰਾਗ ਦੀ ਬਾਣੀ ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਗ 1168 'ਤੇ ਹੈ, ਪਹਿਲਾ ਸ਼ਬਦ ਗੁਰੂ ਨਾਨਕ ਸਾਹਿਬ ਦਾ ਮਹਾਂ ਮਹਾਂ ਮੁਮਾਰਕੀ ਚੜਿਆ ਸਦਾ ਬਸੰਤ, ਅਤੇ ਉਸਦਾ ਗਾਇਨ ਜੋ ਰਾਗੀ ਸਿੰਘ ਕਰਦੇ ਹਨ ਅਤੇ ਇਸ ਰਾਗ ਦੀ ਆਰੰਭਤਾ ਕਰਦੇ ਹਨ ਅਤੇ ਪੂਰਾ ਇਹ 2 ਮਹੀਨਾ ਮਾਘ ਦੇ ਤੋਂ ਲੈ ਕੇ ਹੋਲੇ ਮਹੱਲੇ ਤੱਕ ਇਹ ਰਾਗ ਗਾਇਨ ਕੀਤਾ ਜਾਂਦਾ ਹੈ ਅਤੇ ਹਿਦਾਇਤ ਹੈ ਰਾਗੀ ਸਿੰਘਾਂ ਨੂੰ ਕਿ ਕੀਰਤਨ ਕਰਨ ਤੋਂ ਪਹਿਲੇ ਜੋ ਪਹਿਲਾ ਸ਼ਬਦ ਗਾਇਨ ਕਰਨਾ ਹੈ ਉਹ ਰਾਗ ਬਸੰਤ 'ਚ ਗਾਇਨ ਕਰਨਾ ਹੈ ਅਤੇ ਬਸੰਤ ਦਾ ਹੀ ਸ਼ਬਦ ਲੈਣਾ ਹੈ ਅਤੇ ਆਪਣੀ ਮਰਿਆਦਾ ਹੈ ਇਸ ਦੀ ਪਰੰਪਰਾ ਦੀ ਕੀਰਤਨ ਦੀ ਅਤੇ ਹੋਲੇ ਮਹੱਲੇ ਤੱਕ ਇਹ ਸ਼ਬਦ ਜੋ ਹੈ ਇਹ ਰਾਗ ਹੈ ਗਾਇਨ ਕੀਤੇ ਜਾਂਦੇ ਹਨ ਅਤੇ ਆਸਾ ਦੀ ਵਾਰ ਜੋ ਹੋਲੇ ਮਹੱਲੇ ਵਾਲੇ ਦਿਨ ਅੰਮ੍ਰਿਤ ਵੇਲੇ ਤੋਂ ਆਰੰਭ ਹੁੰਦੀ ਹੈ ਅਤੇ ਅਰਦਾਸ ਦੀ ਆਸਾ ਦੀ ਵਾਰ ਦੀ ਸਮਾਪਤੀ ਉਪਰੰਤ ਇਹ ਰਾਗ ਦੀ ਸਮਾਪਤੀ ਦੀ ਅਰਦਾਸ ਕੀਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਇਹ ਰਾਗ ਬੰਦ ਹੁੰਦਾ ਹੈ ਅਤੇ ਵੈਸੇ ਦਾ ਸਮਾਂ ਜੋ ਹੈ ਦੁਪਹਿਰ ਦਾ ਦੂਜਾ ਪਹਿਰ ਹੈ ਜੋ ਸਾਰਾ ਸਾਲ ਗਾਇਆ ਜਾਂਦਾ ਹੈ ਪਰ ਰਿਤੂਕਾਲੀਨ ਹੋਣ ਕਰਕੇ ਇਸ ਨੂੰ 2 ਮਹੀਨੇ ਹੀ ਸਵੇਰੇ ਸ਼ਾਮ ਦੁਪਹਿਰ ਹਰ ਵੇਲੇ ਜੋ ਰਾਗੀ ਸਿੰਘ ਗਾਇਨ ਕਰ ਸਕਦੇ ਹਨ। ਸਤਿ ਸੰਗਤ ਜੀ, ਆਪ ਜੀ ਅੱਜ ਦੇ ਇਸ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਰਾਹੀਂ ਵਿਚਾਰ ਚਰਚਾ ਸਰਵਣ ਕਰ ਰਹੇ ਹੋ ਬਸੰਤ ਰੁੱਤ ਬਾਰੇ। ਇਸ ਵੇਲੇ ਪ੍ਰੋਗਰਾਮ ਦੇ ਵਿੱਚ ਹੁਣ ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਫਿਰ ਆਪ ਜੀ ਦੇ ਨਾਲ ਇਸੇ ਤਰ੍ਹਾਂ ਵੀਰ ਗੁਰਮੁਖ ਸਿੰਘ ਜੀ ਦੇ ਨਾਲ ਵਿਚਾਰ ਚਰਚਾ ਕਰਾਂਗੇ ਬਸੰਤ ਰੁੱਤ ਬਾਰੇ। ਦੇਖਦੇ ਰਹੋ ਅਕਾਲ ਚੈਨਲ। ਗੁਰਬਾਣੀ ਦੇ ਸਿਰਫ ਸਲਾਹ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਆਪ ਜੀ ਨੂੰ ਜੀਆਂ ਨੂੰ ਆਖਦਾ ਹੈ ਤੁਹਾਡਾ ਆਪਣਾ ਸਵਰਨ ਸਿੰਘ। ਗੁਰੂ ਰੂਪ ਸਾਧ ਸੰਗਤ ਜੀਓ, ਅਕਾਲ ਚੈਨਲ 'ਤੇ ਆਪ ਜੀ ਦੇਖ ਰਹੇ ਹੋ ਗੁਰਬਾਣੀ ਵਿਚਾਰ ਚਰਚਾ ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੀ ਵਿਚਾਰ ਚਰਚਾ ਦਾ ਵਿਸ਼ਾ ਹੈ ਬਸੰਤ ਰੁੱਤ। ਸਾਡੇ ਨਾਲ ਜੁੜੇ ਹੋਏ ਨੇ ਵੀਰ ਗੁਰਮੁਖ ਸਿੰਘ ਜੀ ਜੋ ਸੰਗੀਤ ਪ੍ਰਭਾਕਰ ਨੇ ਔਰ ਗੁਰੂ ਅਰਜਨ ਦੇਵ ਸੰਗੀਤ ਅਕੈਡਮੀ ਗੁਰੂ ਸਾਹਿਬ ਜੀ ਇਹਨਾਂ ਵੱਲੋਂ ਚਲਵਾ ਰਹੇ ਨੇ, ਜਿੱਥੇ ਛੋਟੇ ਛੋਟੇ ਬੱਚਿਆਂ ਨੂੰ ਗੁਰਬਾਣੀ ਆਧਾਰਿਤ ਰਾਗ ਬੱਧ ਕੀਰਤਨ ਦੀ ਤਿਆਰੀ ਕਰਾਈ ਜਾਂਦੀ ਹੈ। ਗੁਰਮੁਖ ਸਿੰਘ ਜੀ, ਤੁਸੀਂ ਗੱਲ ਕੀਤੀ ਰਿਤੂਕਾਲੀਨ ਦੀ ਕਿ ਬਸੰਤ ਰਾਗ ਜੋ ਹੈ ਰਿਤੂਕਾਲੀਨ ਰਾਗ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ 31 ਰਾਗ ਨੇ ਕਿ ਇਸ ਬਸੰਤ ਰਾਗ ਤੋਂ ਇਲਾਵਾ ਵੀ ਕੋਈ ਹੋਰ ਰਿਤੂਕਾਲੀਨ ਰਾਗ ਹੈ ਜਿਹੜਾ ਪਰਟੀਕੁਲਰ ਉਸ ਰਿਤੂ ਦੇ ਵਿੱਚ ਗਾਇਆ ਜਾਂਦਾ ਹੋਵੇ? ਹਾਂਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ 31 ਰਾਗਾਂ ਤੋਂ ਇਲਾਵਾ ਜੋ 31 ਪ੍ਰਕਾਰ ਰਾਗ ਵੀ ਹਨ ਅਤੇ ਮੌਸਮੀ ਰਾਗਾਂ ਵਿੱਚ ਇੱਕ ਬਸੰਤ ਅਤੇ ਇੱਕ ਮਲਹਾਰ ਜੋ ਸਾਵਣ ਦੇ ਮਹੀਨੇ 'ਚ, ਸਾਵਣ ਭਾਦੋ ਦੇ ਮਹੀਨੇ 'ਚ ਇਹ ਰਾਗ ਅਤੇ ਰਾਗੀ ਸਿੰਘ ਗਾਇਨ ਕਰਦੇ ਹਨ। ਉਹ ਵੀ ਪਰੰਪਰਾ ਹੈ ਗਾਉਣ ਦੀ ਉਸਦੀ ਕਿ ਸਾਵਣ ਦੀ ਰਿਤੂ ਵਿੱਚ ਉਹਨੂੰ ਸ਼ਬਦ ਜੋ ਹੈ ਬਰਸ ਮੇਘ ਜੀ ਤਿਲ ਬਿਲਮ ਨਾ ਲਾਵੋ ਚਾਤਰਿਕ ਮੋਰ ਬੋਲਤ ਦਿਨ ਰਾਤੀ, ਇਸ ਤਰ੍ਹਾਂ ਦੇ ਸ਼ਬਦ ਹਨ ਜਿਸ ਵਿੱਚ ਬਦਲਾਂ ਦੀ, ਮੋਰਾਂ ਦੀ, ਚਾਤਰਿਕ ਦੀ, ਬਿਜਲੀ ਦੀ ਗੱਲਾਂ ਹੁੰਦੀਆਂ ਹਨ ਅਤੇ ਪਰਮਾਤਮਾ ਰੂਪੀ ਬਾਰਿਸ਼ ਹੈ, ਕਿਰਪਾ ਹੈ, ਉਹ ਵਰਸਦੀ ਹੈ, ਇਸ ਤਰ੍ਹਾਂ ਕਰਕੇ ਉਸਦੇ ਸ਼ਬਦਾਂ ਦੇ ਭਾਵ ਹਨ ਅਤੇ ਰਾਗੀ ਸਿੰਘ ਮਲਹਾਰ ਰਾਗ 'ਚ ਉਹ ਗਾਇਨ ਕਰਦੇ ਹਨ ਅਤੇ ਮਲਹਾਰ ਵੀ ਉਹੀ ਪੁਰਾਤਨ ਮਲਹਾਰ ਜਿਹੜਾ ਅੱਜ ਕੱਲ੍ਹ ਦਾ ਮਲਹਾਰ ਨਹੀਂ ਮੀਆਂ ਕੀ ਮਲਹਾਰ ਕਹਿੰਦੇ ਹਨ, ਉਸ ਤੋਂ ਹਟ ਕੇ ਉਹ ਸ਼ੁੱਧ ਸਵਰਾਂ ਵਾਲਾ ਮਲਹਾਰ ਜੋ ਹੈ ਗੰਧਾਰ ਸ਼ੁੱਧ ਵਾਲਾ ਗਾਇਨ ਕੀਤਾ ਜਾਂਦਾ ਹੈ ਅਤੇ ਇਸ ਤਰ੍ਹਾਂ ਹੀ ਮੌਸਮੀ ਰਾਗ ਰਿਤੂਕਾਲੀਨ ਰਾਗ ਇਹ ਬਸੰਤ ਹੈ ਅਤੇ ਇਹ ਗਾਇਨ ਕੀਤਾ ਜਾਂਦਾ ਹੈ। ਗੁਰੂ ਰੂਪ ਸਾਧ ਸੰਗਤ ਜੀ, ਇਹ ਜੋ ਬਸੰਤ ਰੁੱਤ ਹੈ ਇਹਦਾ ਬੜਾ ਵੱਡਾ ਇੱਕ ਮਹੱਤਵ ਹੈ ਗੁਰਬਾਣੀ ਦੇ ਵਿੱਚ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਸੰਤ ਰਾਗ ਦੇ ਨਾਲ ਜੁੜ ਕੇ ਗੁਰਬਾਣੀ ਰਾਹੀਂ ਅਸੀਂ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੁੜਦੇ ਹਾਂ, ਕਿਉਂਕਿ ਇਹ ਸੱਚ ਹੈ
ਕਿ ਜਿਸ ਤਰ੍ਹਾਂ ਦਾ ਸਾਡਾ ਆਲਾ ਦੁਆਲਾ ਹੁੰਦਾ ਉਸੇ ਤਰ੍ਹਾਂ ਦਾ ਸਾਡਾ ਮਨ ਹੁੰਦਾ। ਗੁਰੂ ਸਾਹਿਬ ਨੇ ਸਾਨੂੰ ਬਾਣੀ ਰਾਹੀਂ ਇਹ ਦੱਸਿਆ ਕਿ ਇਸ ਮੌਸਮ ਦੇ ਵਿੱਚ ਜਦੋਂ ਬਹੁਤ ਜ਼ਿਆਦਾ ਠੰਡ ਤੋਂ ਬਾਅਦ ਮੌਸਮ ਖੁੱਲ੍ਹਦਾ, ਉਸ ਖੁੱਲ੍ਹਦੇ ਹੋਏ ਮੌਸਮ ਦੇ ਵਿੱਚ ਠੰਡ ਘਟਦੀ ਹੈ, ਗਰਮ ਕੱਪੜਿਆਂ ਦਾ ਭਾਰ ਹੌਲਾ ਹੁੰਦਾ, ਮਨੁੱਖ ਜੋ ਹੈ ਬਹੁਤ ਵੱਧ ਕੰਮ ਕਰਨ ਦੀ ਸਮਰੱਥਾ ਰੱਖਦਾ। ਇਹ ਮੌਸਮ ਇਸ ਤਰ੍ਹਾਂ ਖੁੱਲ੍ਹਦਾ, ਆਲੇ ਦੁਆਲੇ ਨੂੰ ਦੇਖੇ ਜਿੱਥੇ ਹਰ ਇੱਕ ਚੀਜ਼ ਖਿੜੀ ਹੁੰਦੀ ਹੈ, ਜੀਵ ਮਨੁੱਖ ਜੋ ਹੈ ਉਸ ਖਿੜੇ ਹੋਏ ਵਾਤਾਵਰਨ ਦੇ ਵਿੱਚ ਖਿੜੇ ਹੋਏ ਮਨ ਦੇ ਨਾਲ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਇਸ ਬਾਣੀ ਰਾਹੀਂ ਉਹਦੀ ਸਿਫਤ ਕਰਦਾ ਹੋਇਆ ਇਸ ਪਰਟੀਕੁਲਰ ਬਸੰਤ ਰਾਗ ਦੇ ਵਿੱਚ ਗੁਰਬਾਣੀ ਦੇ ਨਾਲ ਜੁੜ ਕੇ ਇੱਕ ਸੁਰ ਹੋ ਸਕਦਾ ਹੈ। ਇਹ ਅਵਸਥਾ ਹੈ ਉਹਦੀ। ਗੁਰੂ ਸਾਹਿਬ ਨੇ ਬੜੀ ਬਖਸ਼ਿਸ਼ ਸਾਡੀ ਝੋਲੀ ਦੇ ਵਿੱਚ ਪਾਈਏ। ਆਮ ਤੌਰ 'ਤੇ ਦੇਖਿਆ ਜਾਂਦਾ ਕਿ ਬਸੰਤ ਪੰਚਮੀ ਨੂੰ ਅਸੀਂ ਇਤਨਾ ਮਹੱਤਵ ਨਹੀਂ ਦਿੰਦੇ, ਪਰ ਇਹਦਾ ਵੀ ਸਿੱਖ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡਾ ਮਹੱਤਵ ਹੈ। ਦੇਖਿਆ ਜਾਏ ਬਸੰਤ ਪੰਚਮੀ ਵਾਲੇ ਦਿਨ ਹੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਨੰਦ ਕਾਰਜ ਹੁੰਦਾ, ਬਸੰਤ ਪੰਚਮੀ ਵਾਲੇ ਦਿਨ ਹੀ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ ਹੁੰਦਾ। ਇੱਥੋਂ ਤੱਕ ਕਿ ਬਸੰਤ ਪੰਚਮੀ ਦੇ ਨਾਲ ਬਲੀਦਾਨ ਦਾ ਰੰਗ ਵੀ ਜੁੜਿਆ ਹੋਇਆ। ਇੱਕ ਵੀਰ ਹਕੀਕਤ ਰਾਏ ਹੋਏ ਨੇ ਜਿਨ੍ਹਾਂ ਨੇ ਬਸੰਤ ਪੰਚਮੀ ਵਾਲੇ ਦਿਨ ਆਪਣੀ ਸ਼ਹੀਦੀ ਸਿੱਖੀ ਅਸੂਲਾਂ 'ਤੇ, ਸਿੱਖ ਧਰਮ 'ਤੇ, ਸਿੱਖੀ 'ਤੇ ਦ੍ਰਿੜ ਨਿਸ਼ਚੇ ਕਰਕੇ ਆਪਣੀ ਸ਼ਹੀਦੀ ਦਿੱਤੀ। ਇਸ ਤੋਂ ਇਲਾਵਾ ਜੋ ਨਾਮਧਾਰੀ ਸੰਪਰਦਾ ਦੇ ਮੁਖੀ ਨੇ ਬਾਬਾ ਰਾਮ ਸਿੰਘ, ਇਹਨਾਂ ਦਾ ਜਨਮਦਿਨ ਵੀ ਬਸੰਤ ਪੰਚਮੀ ਵਾਲੇ ਦਿਨ ਮਨਾਇਆ ਜਾਂਦਾ। ਬਸੰਤ ਪੰਚਮੀ ਦਾ ਬੜਾ ਵੱਡਾ ਮਹੱਤਵ ਹੈ ਸਾਡੇ ਜੀਵਨ ਦੇ ਵਿੱਚ, ਉਹ ਇੱਕ ਵੱਖਰਾ ਕੰਸੈਪਟ ਹੈ। ਜਿੱਦਾਂ ਹੁਣ ਭਗਤ ਸਿੰਘ ਨੇ ਵੀ ਬਸੰਤ ਪੰਚਮੀ ਨੂੰ ਬਲੀਦਾਨ ਦੇ ਰੰਗ ਦੇ ਨਾਲ ਜੋੜਿਆ, ਮੇਰਾ ਰੰਗ ਦੇ ਬਸੰਤੀ ਚੋਲਾ, ਨਿਮਾਏ ਰੰਗ ਦੇ ਬਸੰਤੀ ਚੋਲਾ, ਇਹ ਸੰਸਾਰ ਭਰ ਦੇ ਵਿੱਚ ਪਾਪੂਲਰ ਹੈ। ਅਤੇ ਪਰ ਜੇਕਰ ਅਸੀਂ ਗੁਰਬਾਣੀ ਦੇ ਆਧਾਰ ਦੇ ਵਿੱਚ ਗੱਲ ਕਰੀਏ, ਉਹ ਬਸੰਤ ਰਾਗ ਹੈ, ਬਸੰਤ ਰੁੱਤ ਹੈ, ਜਿਹਦਾ ਸਿੱਧਾ ਸੰਬੰਧ ਕਿਸਾਨ ਦੇ ਨਾਲ ਹੈ, ਕਿਉਂਕਿ ਉਸ ਵੇਲੇ ਬੇਸਿਕਲੀ ਕਿਸਾਨੀ ਸਮਾਜ ਦੇ ਨਾਲ ਜੁੜ ਕੇ ਹੀ ਸਾਰੇ ਕਾਰਜ ਹੁੰਦੇ ਸਨ। ਬਸੰਤ ਦੀ ਉਹ ਰੁੱਤ ਹੈ ਜਿਹਦੇ ਵਿੱਚ ਕਿਸਾਨ ਦੀ ਫਸਲ ਜਿਹੜੀ ਹੈ ਉਹ ਪੱਕਣੀ ਸ਼ੁਰੂ ਹੁੰਦੀ ਹੈ। ਕਿਸਾਨ ਕਣਕ ਦੀ ਉਸ ਫਸਲ ਜਿਹਦੇ ਉੱਤੇ ਉਸਨੇ ਸਾਰਾ ਸਾਲ ਨਿਰਭਰ ਰਹਿਣਾ ਹੁੰਦਾ, ਉਸਨੂੰ ਦੇਖ ਕੇ ਉਹਦੇ ਮਨ ਦੇ ਵਿੱਚ ਖੇੜਾ ਅਤੇ ਖੁਸ਼ੀ ਆਉਂਦੀ ਹੈ। ਇਸ ਤਰ੍ਹਾਂ ਇਸ ਖੁਸ਼ੀ ਭਰੇ ਮਾਹੌਲ ਦੇ ਵਿੱਚ ਉਸ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਦੇ ਨਾਲ ਜੁੜਦਾ ਹੈ। ਗੁਰਮੁਖ ਸਿੰਘ ਜੀ, ਅਸੀਂ ਆਪਣੇ ਦਰਸ਼ਕਾਂ ਦੇ ਨਾਲ, ਸੰਗਤਾਂ ਦੇ ਨਾਲ ਸਾਂਝ ਪਾ ਰਹੇ ਹਾਂ ਬਸੰਤ ਰੁੱਤ ਬਾਰੇ। ਹਾਂਜੀ, ਜੋ ਬਸੰਤ ਰਾਗ 'ਤੇ ਆਧਾਰਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜੋ ਗੁਰੂ ਸਾਹਿਬ ਨੇ ਸਾਨੂੰ ਬਾਣੀ ਬਖਸ਼ਿਸ਼ ਕੀਤੀ ਹੈ ਉਹਦੇ ਬਾਰੇ ਵਿਚਾਰ ਕਰ ਰਹੇ ਹਾਂ। ਵੈਸੇ ਤਾਂ ਸਾਰੀ ਬਾਣੀ ਜਿਹੜੀ ਹੈ ਉਪਦੇਸ਼ਾਤਮਕ ਹੈ, ਪਰ ਜੇਕਰ ਅਸੀਂ ਪਰਟੀਕੁਲਰ ਬਸੰਤ ਦੇ ਰਾਗ ਦੇ ਵਿੱਚ ਗੁਰੂ ਸਾਹਿਬ ਨੇ ਜੋ ਸਾਨੂੰ ਬਾਣੀ ਬਖਸ਼ਿਸ਼ ਕੀਤੀ ਹੈ, ਭਗਤਾਂ ਨੇ ਜੋ ਬਾਣੀ ਉਚਾਰੀ ਹੈ, ਇਹਦੀ ਗੱਲ ਕਰੀਏ ਤਾਂ ਇਹਦੇ ਵਿੱਚ ਗੁਰੂ ਸਾਹਿਬ ਇਸ ਬਸੰਤ ਰਾਗ ਦੇ ਅੰਦਰ ਉਚਾਰੀ ਹੋਈ ਆਪਣੀ ਬਾਣੀ ਰਾਹੀਂ ਸਾਨੂੰ ਕਿਹੜਾ ਕੁਝ ਖਾਸ ਸੁਨੇਹਾ, ਉਦੇਸ਼ ਜਾਂ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ? ਹਾਂਜੀ, ਬੇਅੰਤ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਜੋ ਗੁਰੂ ਸਾਹਿਬ ਨੇ ਬਸੰਤ ਰਾਗ ਵਿੱਚ ਦਰਜ ਕੀਤੀ ਹੈ, ਅਤੇ ਗੁਰੂ ਨਾਨਕ ਸਾਹਿਬ ਜੀ ਦੀ, ਗੁਰੂ ਅਮਰਦਾਸ ਜੀ ਦੀ, ਗੁਰੂ ਰਾਮਦਾਸ ਜੀ ਦੀ ਬਾਣੀ, ਗੁਰੂ ਅਰਜਨ ਦੇਵ ਜੀ ਦੀ ਬਾਣੀ, ਅਤੇ ਮਹਿਲਾ ਨੌਵਾਂ ਗੁਰੂ ਤੇਗ ਬਹਾਦਰ ਜੀ ਬਾਣੀ, ਅਤੇ 5 ਗੁਰੂ ਸਾਹਿਬਾਨ ਦੀ ਬਾਣੀ ਰਾਗ ਬਸੰਤ 'ਚ ਦਰਜ ਹੈ। ਅਤੇ ਜੇ ਉਪਦੇਸ਼ ਦਿੰਦੀ ਸਾਨੂੰ ਹਉਮੈ ਨੂੰ ਤਿਆਗ ਕੇ ਕਿਸ ਤਰ੍ਹਾਂ ਪਰਮਾਤਮਾ ਅੱਗੇ ਅਸੀਂ ਅਰਪਣ ਹੋਣਾ ਹੈ, ਜਿਸ ਤਰ੍ਹਾਂ ਸ਼ਬਦ ਹੈ ਦੇਖ ਫੁੱਲ ਫੁੱਲੇ ਅਹੰਗ ਤਿਆਗ ਤਿਆਗੇ, ਬੜੀ ਆਨੰਦਮਈ ਬਾਣੀ ਹੈ ਅਹੰਗ ਤਿਆਗ ਤਿਆਗੇ। ਅਤੇ ਇੱਥੇ ਬਾਣੀ ਗੱਲ ਆਉਂਦੀ ਹੈ ਤਿਆਗ ਦੀ, ਅਤੇ ਤਿਆਗਣਾ ਕੀ ਹੈ? ਅਹੰਕਾਰ ਨੂੰ। ਅਤੇ ਇਨਸਾਨ ਨੂੰ, ਮਨੁੱਖ ਨੂੰ ਉਪਦੇਸ਼ ਹੈ ਕਿ ਆਪਣੇ ਅੰਦਰ ਦੇਖ, ਖਿੜਾਵ ਹੀ ਖਿੜਾਵ ਹੈ, ਉਹ ਕਿਸ ਤਰ੍ਹਾਂ ਖਿੜਾਵ ਆਉਣਾ ਹੈ? ਆਪਣੇ ਅਹੰਕਾਰ ਨੂੰ ਤਿਆਗ ਕੇ ਚਰਨ ਕਮਲ ਪਾ ਕੇ, ਤੂੰ ਮਿਲੋ ਪ੍ਰਭ ਸੁਭਾਗੇ, ਅਤੇ ਪਰਮਾਤਮਾ ਦੇ ਚਰਨਾਂ ਦੇ ਲੜ ਲੱਗ ਕੇ ਉਸਨੂੰ ਉਸ ਨਾਲ ਵੱਧ ਕੇ, ਅਤੇ ਆਨੰਦਮਈ ਜਿਹੜਾ ਜੀਵਨ ਹੈ ਉਹ ਬਤੀਤ ਕਰਨਾ ਹੈ, ਉਹਦੀ ਸਿਫਤ ਸਲਾਹ ਕਰਦੇ ਹੋਏ। ਇਸ ਤਰ੍ਹਾਂ ਹੋਰ ਬੇਅੰਤ ਬਾਣੀ ਹੈ ਬਨਸਪਤ ਮੌਲੀ ਚੜਿਆ ਬਸੰਤ, ਅਤੇ ਬਨਸਪਤ ਮੌਲੀ ਸਾਰੇ ਹੀ ਬਨਸਪਤ ਹੈ, ਜੋ ਪੇੜ ਪੌਦੇ ਹਨ, ਜੀਵ ਜੰਤੂ ਹਨ, ਅਮੋਲੇ ਹਨ। ਮੌਲੇ ਦਾ ਇੱਧਰ ਅਰਥ ਹੈ ਇੱਕ ਮਸਤ ਹੋਣਾ, ਖਿੜ ਜਾਣਾ ਉਸਦੇ ਵਿੱਚ। ਅਤੇ ਬਨਸਪਤ ਸਾਰੀ ਜੋ ਹੈ ਮੌਲੀ ਹੋਈ ਹੈ, ਚੜਿਆ ਬਸੰਤ, ਕਿਉਂਕਿ ਬਸੰਤ ਚੜਿਆ ਹੈ, ਇੱਕ ਆਤਮਕ ਜੀਵਨ ਦਾ ਖਿੜਾਵ ਹੈ ਉਹ ਜੀਵ ਦੇ ਹਿਰਦੇ ਵਿੱਚ ਆਇਆ ਹੈ। ਇਹ ਮਨ ਮੋਲਿਆ ਸਤਿਗੁਰ ਸੰਗ, ਹੁਣ ਇਹ ਮਨ ਮੋਲਿਆ, ਇਹ ਮਨ ਵੀ ਜੋ ਹੈ ਸਤਿਗੁਰ ਦੇ ਚਰਨਾਂ ਦੇ ਵਿੱਚ ਪੈ ਕੇ, ਉਸਦੇ ਚਰਨਾਂ ਵਿੱਚ ਪੈ ਕੇ ਮੋਲ ਗਿਆ ਹੈ। ਅਤੇ ਅੱਗੇ ਉਪਦੇਸ਼ ਹੈ, ਤੁਮ ਸਾਚ ਧਿਆਵੋ ਮੁਗਦ ਮਨਾ, ਹੇ ਮੂਰਖ ਮਨ ਤੂੰ ਸਾਚ ਨੂੰ ਧਿਆ, ਉਸਨੂੰ ਧਿਆ ਕੇ ਕੀ ਹੋਏਗਾ? ਤੁਮ ਸਾਚ ਧਿਆਵੋ ਮੁਗਦ ਮਨਾ ਤਾਂ ਸੁੱਖ ਪਾਵੋ ਮੇਰੇ ਮਨਾ। ਅਤੇ ਉਸਦੇ ਹਰੀ ਦੇ ਚਰਨਾਂ 'ਚ ਆਪਣਾ ਆਪ ਨਿਛਾਵਰ ਕਰਕੇ, ਅਤੇ ਉਸਦੀ ਬਾਣੀ ਦੀ ਸਿਫਤ ਸਲਾਹ ਕਰਕੇ ਹੀ ਇੱਕ ਖੇੜਾ ਹੈ ਜੋ ਬਸੰਤ ਦਾ, ਉਹ ਸਦਾ ਹੀ ਕਾਇਮ ਰਹਿਣ ਵਾਲਾ ਹੈ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਗੁਰੂ ਸਾਹਿਬਾਨ ਦੀ ਬਸੰਤ ਰਾਗ ਦੇ ਵਿੱਚ ਜੋ ਬਾਣੀ ਹੈ ਉਸ ਤੋਂ ਇਲਾਵਾ ਭਗਤ ਸਾਹਿਬਾਨ ਦੀ ਵੀ ਬਾਣੀ ਹੈ। ਵੀਰ ਗੁਰਮੁਖ ਸਿੰਘ ਜੀ, ਜਿਹੜੀ ਭਗਤਾਂ ਦੀ ਬਾਣੀ ਹੈ ਉਹ ਗੁਰਬਾਣੀ ਦੇ ਵਿੱਚ ਜੋ ਬਸੰਤ ਰਾਗ ਦੇ ਵਿੱਚ ਭਗਤਾਂ ਨੇ ਜੋ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜੋ ਦਰਜ ਹੈ ਉਹਦੇ ਵਿੱਚ ਵੀ ਇਹੀ ਉਪਦੇਸ਼ ਨਿਕਲ ਕੇ ਸਾਹਮਣੇ ਆ ਰਿਹਾ ਜੋ ਗੁਰੂ ਸਾਹਿਬਾਨ ਦੀ ਬਾਣੀ ਦੇ ਉਪਦੇਸ਼ ਦੀ ਜ਼ਿਕਰ ਆਪ ਜੀ ਨੇ ਕੀਤਾ ਕਿ ਅਹੰ ਨੂੰ ਤਿਆਗ ਕੇ ਆਲੇ ਦੁਆਲੇ ਦੇ ਖਿੜਾਅ ਦੇ ਵਿੱਚ ਆਪਣੇ ਮਨ ਨੂੰ ਪ੍ਰਸੰਚਿਤ ਕਰਕੇ ਉਸ ਅਕਾਲ ਪੁਰਖ ਪਰਮਾਤਮਾ ਦੀ ਸਿਰਫ ਸਲਾਹ ਦੇ ਵਿੱਚ ਅਭੇਦ ਹੋਣ ਦਾ ਯਤਨ। ਇਹ ਭਗਤਾਂ ਦੀ ਬਾਣੀ ਵੀ ਇਹੀ ਸੰਦੇਸ਼ ਦੇ ਰਹੀ ਹੈ। ਬਿਲਕੁਲ ਜੀ, ਭਗਤਾਂ ਵਿੱਚ ਸਿਰਮੌਰ ਸ਼੍ਰੋਮਣੀ ਭਗਤ ਭਗਤ ਕਬੀਰ ਜੀ ਦੀ ਬਾਣੀ ਬਸੰਤ ਰਾਗ 'ਚ ਦਰਜ ਹੈ। ਭਗਤ ਰਾਮਾਨੰਦ ਜੀ, ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ, ਇਹਨਾਂ ਦੀ ਬਾਣੀ ਵੀ ਉਹੀ ਉਪਦੇਸ਼ ਦੇ ਰਹੀ ਹੈ ਜੋ ਗੁਰੂ ਸਾਹਿਬ ਦੀ ਬਾਣੀ ਆਨੰਦਮਈ ਖਿੜਾਵ ਦੀ ਗੱਲ ਕਰ ਰਹੀ ਹੈ। ਜਿਸ ਤਰ੍ਹਾਂ ਭਗਤ ਰਾਮਾਨੰਦ ਜੀ ਦਾ ਇੱਕੋ ਸ਼ਬਦ ਹੈ, ਕਥ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਪਾਇਓ ਭੰਗ। ਹੁਣ ਸਾਹਿਬ ਭਗਤ ਸਾਹਿਬ ਜੀ ਦੇ ਮਨ ਵਿੱਚ ਖਿੜਾਵ ਕਿਸ ਤਰ੍ਹਾਂ ਆਇਆ, ਉਹਨਾਂ ਨੂੰ ਸੋਝੀ ਪੈ ਗਈ ਪਰਮਾਤਮਾ ਦੀ। ਕਹਿੰਦੇ ਇੱਕ ਦਿਵਸ ਮਨ ਪਈ ਉਮੰਗ, ਇੱਕ ਦਿਨ ਮੇਰੇ ਮਨ ਵਿੱਚ ਆਇਆ ਤੇ ਕਸ ਚੰਦਨ ਚੋਆ ਬਹੁ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰਮਨੀ ਮਾਏ। ਮੰਦਿਰ ਜਾਣ ਲੱਗੇ ਉਹਨਾਂ ਨੇ ਸਭ ਕੁਛ ਸੁਗੰਧ ਵਾਲੀ ਚੀਜ਼ਾਂ ਲਿੱਤੀਆਂ, ਫੁੱਲ ਫੁੱਲ ਲਿੱਤੇ ਤੇ ਈਸ਼ਵਰ ਨੂੰ ਖੁਸ਼ ਕਰਨ ਲਈ, ਲੇਕਿਨ ਸੋਝੀ ਪਈ ਗੁਰੂ ਦੀ ਕਿਰਪਾ ਨਾਲ ਕਿ ਪਰਮਾਤਮਾ ਤਾਂ ਸਾਡੇ ਅੰਦਰ ਹੀ ਵਸਿਆ ਪਿਆ, ਕਿਤੇ ਕਿਤੇ ਥਾਂ ਉਹ ਸਥਾਪਿਤ ਨਹੀਂ ਹੋ ਸਕਦਾ। ਤੇ ਇਹ ਜਿਹੜੀ ਉਮੰਗ ਹੈ, ਇਹ ਜਿਹੜਾ ਖਿੜਾਵ ਹੈ, ਉਹ ਹਿਰਦੇ 'ਚ ਆ ਗਿਆ। ਕਿਸ ਤਰ੍ਹਾਂ ਆ ਗਿਆ? ਪਰਮਾਤਮਾ ਦੇ ਵਸਣ ਨਾਲ, ਕਿ ਉਹ ਬਾਹਰੀ ਤੌਰ 'ਤੇ ਨਹੀਂ ਆਉਂਦਾ। ਇਸ ਤਰ੍ਹਾਂ ਹੀ ਭਗਤ ਕਬੀਰ ਜੀ ਨੂੰ ਚਾਰੋਂ ਪਾਸੇ ਇੱਕ ਪਰਮਾਤਮਾ ਹੈ, ਉਹ ਮੋਲਿਆ ਹੋਇਆ ਨਜ਼ਰ ਆ ਰਿਹਾ ਹੈ, ਮਸਤ ਨਜ਼ਰ ਆ ਰਿਹਾ। ਕਿਸ ਤਰ੍ਹਾਂ ਮੋਲੀ ਧਰਤੀ, ਮੋਲਿਆ ਆਕਾਸ਼, ਧਰਤੀ ਜੋ ਹੈ ਆਕਾਸ਼ ਹੈ, ਇਹ ਮੋਲੇ ਹੋਏ ਹਨ ਪਰਮਾਤਮਾ ਦੇ ਪ੍ਰਕਾਸ਼ ਰੂਪ ਵਿੱਚ। ਪ੍ਰਕਾਸ਼ ਰੂਪ ਰਾਜਾ ਰਾਮ ਮੋਲਿਆ ਅਨੰਤ ਪਾਏ, ਤੇ ਈਸ਼ਵਰ ਹੈ ਉਹ ਆਪ ਵੀ ਕਈ ਪ੍ਰਕਾਰ ਨਾਲ ਅਨੰਤ ਭਾਵਾਂ ਨਾਲ ਇੱਕ ਮੋਲਿਆ ਹੋਇਆ ਹੈ ਤੇ ਆਪਣਾ ਪ੍ਰਕਾਸ਼ ਥਾਈਂ ਥਾਈਂ ਬਖੇਰ ਰਿਹਾ ਹੈ। ਦੁਤੀਆ ਮੋਲੇ ਚਾਰ ਵੇਦ, ਸਿਮਰਤ ਮੋਲੀ ਸਿਉਂ ਕਤੇਵ। ਦੂਜੀ ਗੱਲ ਹੈ, ਜਿਹੜੇ ਚਾਰ ਵੇਦ ਹਨ ਉਹ ਵੀ ਪਰਮਾਤਮਾ ਦੇ ਪ੍ਰਕਾਸ਼ ਨਾਲ ਹੀ ਆਏ ਹਨ, ਸਿਮਰਤਾਂ ਹਨ ਉਹ ਵੀ ਆਈਆਂ ਹਨ, ਤੇ ਮੁਸਲਮਾਨਾਂ ਦੇ ਜਿਹੜੇ ਕਤੇਵ ਹਨ, ਧਰਮ ਗ੍ਰੰਥ ਹਨ, ਉਹ ਵੀ ਪਰਮਾਤਮਾ ਦੇ ਪ੍ਰਕਾਸ਼ 'ਚੋਂ ਹੀ ਆਏ ਹਨ। ਸ਼ੰਕਰ ਮੋਲਿਓ ਯੋਗ ਧਿਆਨ, ਅਤੇ ਜਿਹੜਾ ਯੋਗ ਸਮਾਧੀ ਲਾ ਕੇ ਸ਼ੰਕਰ ਬੈਠਾ ਹੈ, ਉਹ ਵੀ ਪਰਮਾਤਮਾ ਦੇ ਗੁਣਾਂ ਨਾਲ ਹੀ ਮਸਤ ਹੋਇਆ ਪਿਆ ਹੈ, ਮੋਲਿਆ ਪਿਆ ਹੈ। ਸ਼ੰਕਰ ਮੋਲਿਓ ਯੋਗ ਧਿਆਨ, ਕਬੀਰ ਕੋ ਸਵਾਮੀ ਸਭ ਅਸਮਾਨ। ਅਤੇ ਪਰਮਾਤਮਾ ਦੀ ਜਿਹੜੀ ਇਹ ਆਨੰਦਮਈ ਖਿੜਾਵ ਦੀ ਗੱਲ ਹੈ, ਸਾਰੇ ਜੀਵਾਂ ਉੱਤੇ ਕਿਰਪਾ ਹੋ ਰਹੀ ਹੈ। ਅਤੇ ਇਸ ਤਰ੍ਹਾਂ ਦੀ ਬਾਣੀ ਭਗਤ ਸਾਹਿਬਾਂ ਦੀ ਸਾਨੂੰ ਉਪਦੇਸ਼ ਦਿੰਦੀ ਹੈ ਕਿ ਮਨੁੱਖਾ ਜਨਮ ਜੋ ਹੈ ਉਹ ਸਵਾਰਨਾ ਹੈ, ਕਿਸ ਤਰ੍ਹਾਂ ਪਰਮਾਤਮਾ ਦੀ ਸ਼ਰਨੀ ਪੈ ਕੇ ਅਤੇ ਉਸਦੀ ਆਤਮੀ ਆਤਮਾ ਨੂੰ ਉਸ ਖਿੜਾਵ 'ਚ ਲਿਆਉਣਾ ਹੈ, ਜੋ ਇੱਕ ਬਸੰਤ ਰੁੱਤੀ ਨਿਆਈ ਹੈ। ਗੁਰਮੁਖ ਸਿੰਘ ਜੀ ਨੇ ਸਾਨੂੰ ਦੱਸਿਆ ਕਿ ਭਗਤਾਂ ਦੀ ਬਾਣੀ ਵੀ ਬਸੰਤ ਰਾਗ ਦੇ ਵਿੱਚ ਇਸੇ ਤਰ੍ਹਾਂ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੁੜਨ ਦਾ ਉਪਦੇਸ਼ ਸਾਨੂੰ ਕਰ ਰਹੀ ਹੈ। ਗੁਰੂ ਪਿਆਰਿਓ, ਅੱਜ ਦੇ ਇਸ ਗੁਰਬਾਣੀ ਵਿਚਾਰ ਚਰਚਾ ਪ੍ਰੋਗਰਾਮ ਦੇ ਵਿੱਚ ਅਸੀਂ ਆਪ ਜੀ ਦੇ ਨਾਲ ਜੋ ਵਿਚਾਰ ਚਰਚਾ ਕੀਤੀ, ਉਹਦਾ ਜੋ ਮੁੱਖ ਮੰਤਵ ਉਦੇਸ਼ ਸੀ ਕਿ ਸਾਡੇ ਆਲੇ ਦੁਆਲੇ ਭਾਰਤੀ ਪਰੰਪਰਾ ਦੇ ਵਿੱਚ ਬਸੰਤ ਪੰਚਮੀ ਦਾ ਜੋ ਤਿਉਹਾਰ ਹੈ, ਇਸ ਤੋਂ ਕਿਤੇ ਵੱਧ, ਕਿਤੇ ਬਹੁਤ ਹੀ ਵਡਿਆਈ ਵਾਲਾ ਗੁਰੂ ਸਾਹਿਬ ਜੀ ਨੇ ਸਾਨੂੰ ਜੋ ਬਸੰਤ ਰੁੱਤ ਦਾ, ਬਸੰਤ ਰਾਗ ਦਾ ਗੁਰਬਾਣੀ ਦੇ ਵਿੱਚ ਕੰਸੈਪਟ ਬਖਸ਼ਿਸ਼ ਕੀਤਾ, ਅਸੀਂ ਉਸ ਦੇ ਨਾਲ ਜੁੜ ਸਕੀਏ, ਉਸ ਨੂੰ ਸਮਝ ਸਕੀਏ। ਗੁਰਬਾਣੀ ਦਾ ਇਹ ਜੋ ਪ੍ਰਭਾਵ ਹੈ, ਜਿਸ ਤਰ੍ਹਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਲੋਹੜੀ ਵਾਲੇ ਦਿਨ ਅਰਦਾਸ ਕਰਕੇ ਇਸ ਬਸੰਤ ਰਾਗ ਨੂੰ ਗਾਉਣ ਦੀ ਪਰੰਪਰਾ ਖੁੱਲ੍ਹ ਜਿਹੜੀ ਹੈ ਉਹ ਆਰੰਭ ਹੁੰਦੀ ਹੈ, ਅਤੇ ਹੋਲੇ ਮਹੱਲੇ ਵਾਲੇ ਦਿਨ ਆਸਾ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਅਰਦਾਸ ਦੇ ਨਾਲ ਇਹ ਜੋ ਬਸੰਤ ਰਾਗ ਦੇ ਗਾਉਣ ਦਾ ਸਮਾਂ ਜੋ ਹੈ ਇਹ ਬੰਦ ਹੁੰਦਾ ਹੈ। ਵੈਸੇ ਤਾਂ ਕਿਸੇ ਵੀ ਮੌਸਮ ਦੇ ਵਿੱਚ ਇਸ ਰਾਗ ਨੂੰ ਗਾਇਆ ਜਾ ਸਕਦਾ ਹੈ, ਪਰ ਗੁਰੂ ਸਾਹਿਬ ਜੀ ਨੇ ਇਸ ਪਰੰਪਰਾ ਅਧੀਨ ਸਾਡੇ ਸਾਹਮਣੇ ਇਹ ਜੋ ਬਸੰਤ ਰਾਗ ਰੱਖਿਆ, ਇਸ ਬਸੰਤ ਰਾਗ ਦੀ ਬਾਣੀ ਦੇ ਨਾਲ ਬਸੰਤ ਦੀ ਇਸ ਰੁੱਤ ਦੇ ਵਿੱਚ ਆਓ ਅਸੀਂ ਗੁਰਬਾਣੀ ਦੇ ਨਾਲ ਜੁੜ ਕੇ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਆਪਣੇ ਇਸ ਮਨ ਨੂੰ ਜੋੜਦੇ ਹਾਂ, ਆਪਣੇ ਇਸ ਜੀਵਨ ਨੂੰ, ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ, ਇਸ ਸਮੇਂ ਨੂੰ ਸਫਲ ਬਣਾਉਣ ਦਾ ਯਤਨ ਕਰੀਏ। ਇਹੀ ਸਾਡੇ ਅੱਜ ਦੇ ਇਸ ਵਿਚਾਰ ਚਰਚਾ ਦਾ ਉਦੇਸ਼ ਸੀ। ਗੁਰੂ ਪਿਆਰਿਓ, ਅਸੀਂ ਦੇਖ ਰਹੇ ਹਾਂ ਕਿ ਗੁਰੂ ਸਾਹਿਬਾਨ ਨੇ ਸਾਨੂੰ ਜੋ ਗਾਇਨ ਪਰੰਪਰਾ ਰਾਗ ਆਧਾਰਿਤ ਗੁਰਬਾਣੀ ਦੇ ਨਾਲ ਦਿੱਤੀ ਸੀ, 31 ਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸੁਭਾਏਮਾਨ ਹਨ। ਉਸ ਤੋਂ ਬਾਅਦ ਉਹਨਾਂ ਦੇ ਹੋਰ ਅੱਗੇ ਜੋ ਹਿੱਸੇ ਹਨ, ਇਹ ਸੰਗੀਤ ਪ੍ਰਭਾਕਰ ਵੀਰ ਗੁਰਮੁਖ ਸਿੰਘ ਜੀ ਨੇ ਸਾਨੂੰ ਦੱਸਿਆ ਕਿ ਅੱਗੇ ਹੋਰ ਰਾਗਾਂ ਦੀਆਂ ਵਨੰਗੀਆਂ ਹਨ, ਕਿਸਮਾਂ ਹਨ। ਪਰ
ਅਸੀਂ ਜੋ ਦੇਖਦੇ ਹਾਂ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਬਹੁਤ ਵੱਡੇ ਰਾਗੀ ਨੇ ਉਹ ਵੀ ਰਾਗਾਂ ਤੋਂ ਹਟ ਕੇ ਸਿਰਫ ਧੁਨਾਂ ਦੇ ਵਿੱਚ ਜਾ ਕੇ ਧੁਨਾਮਈ ਕੀਰਤਨ ਜਿਹਨੂੰ ਅਸੀਂ ਕਹਿ ਸਕਦੇ ਹਾਂ ਟਿਊਨਾਂ 'ਤੇ ਆਧਾਰਿਤ ਕੀਰਤਨ ਜੋ ਹੈ ਉਹ ਸੰਗਤਾਂ ਦੇ ਸਾਹਮਣੇ ਪੇਸ਼ ਕਰ ਰਹੇ ਵੀਰ ਗੁਰਮੁਖ ਸਿੰਘ ਜੀ ਕਿ ਆਪ ਜੀ ਇਸ ਬਾਰੇ ਕੀ ਸੰਦੇਸ਼ ਦੇਣਾ ਚਾਹੋਗੇ ਕਿ ਜੋ ਗੁਰੂ ਸਾਹਿਬ ਨੇ ਸਾਨੂੰ ਰਾਗ ਪਰੰਪਰਾ ਬਖਸ਼ਿਸ਼ ਕੀਤੀ ਹੈ ਉਹ ਇੱਕ ਬੜੀ ਅਮੋਲਕ ਹੈ ਪਰ ਅਸੀਂ ਉਹਦੇ ਤੋਂ ਇਸ ਤਰ੍ਹਾਂ ਦੂਰ ਹੋ ਰਹੇ ਹਾਂ ਹਟ ਰਹੇ ਹਾਂ ਅਤੇ ਇਹ ਇੱਕ ਆਮ ਕਹਾਵਤ ਹੈ ਕਿ ਜਿਹੜੀ ਚੀਜ਼ ਅਸੀਂ ਵਰਤੋਂ ਦੇ ਵਿੱਚ ਨਹੀਂ ਲਿਆਉਂਦੇ ਜਾਂ ਜਿਸ ਚੀਜ਼ ਨੂੰ ਅਸੀਂ ਵਰਤੋਂ ਦੇ ਵਿੱਚ ਘੱਟ ਲਿਆਉਂਦੇ ਹਾਂ ਉਹ ਚੀਜ਼ ਹੌਲੀ ਹੌਲੀ ਜਿਹੜੀ ਹੈ ਉਹ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ ਆਪ ਜੀ ਇਸ ਬਾਰੇ ਕੀ ਸੁਨੇਹਾ ਦੇਣਾ ਚਾਹੋਗੇ ਸੰਗਤਾਂ ਨੂੰ ਇਸ ਅਕਾਲ ਚੈਨਲ ਦੇ ਮਾਧਿਅਮ ਰਾਹੀਂ ਬਿਲਕੁਲ ਜੋ ਅੱਜ ਦੀ ਭੱਜ ਦੌੜ ਦੀ ਜੀਵਨ ਸ਼ੈਲੀ ਹੈ ਇਹ 'ਚ ਅਸੀਂ ਜਿੱਥੇ ਆਪਣੀ ਮਾਂ ਬੋਲੀ ਨੂੰ ਵੀ ਭੁੱਲਦੇ ਜਾ ਰਹੇ ਹਾਂ ਸਾਡੀ ਨਵੀਂ ਜਨਰੇਸ਼ਨ ਹੈ ਔਰ ਸਾਡੇ ਪਹਿਰਾਵੇ ਸਾਡੇ ਕੇਸ਼ਾਂ ਦੀ ਮਹੱਤਤਾ ਨਵੀਂ ਪਨੀਰੀ ਇਸ ਤੋਂ ਜਾਣੂ ਨਹੀਂ ਇਸ ਤਰ੍ਹਾਂ ਜੋ ਵੀ ਗੱਲ ਸ਼ਾਸਤਰ ਦੀ ਹੈ ਉਹ ਨਵੀਂ ਜਨਰੇਸ਼ਨ ਨੂੰ ਨਹੀਂ ਸਮਝ ਪਾ ਰਹੀ ਅਤੇ ਉਸ ਨੂੰ ਅਮਲ ਵਿੱਚ ਲਿਆਉਣਾ ਉਹਨਾਂ ਲਈ ਔਖਾ ਹੋ ਰਿਹਾ ਹੈ ਅਤੇ ਉਸ ਦੀ ਜਗ੍ਹਾ ਫਿਰ ਸਧਾਰਨ ਕੀਰਤਨ ਹੈ ਅਤੇ ਉਸ ਨੂੰ ਸੰਗਤਾਂ ਜ਼ਿਆਦਾ ਪਸੰਦ ਕਰ ਰਹੀਆਂ ਹਨ ਅਤੇ ਜੋ ਪੁਰਾਤਨ ਗੁਰੂ ਸਾਹਿਬ ਦੀ ਸ਼ੈਲੀ ਕੀਰਤਨ ਸ਼ੈਲੀ ਸਾਡੀ ਗੁਰਮਤਿ ਮਰਿਆਦਾ ਸ਼ੈਲੀ ਕੀਰਤਨ ਦੀ ਪਰੰਪਰਾਵਾਂ ਜੋ ਹਨ ਉਹ ਸੀਨਾ ਪਸੀਨਾ ਜੋ ਚੱਲੀ ਆ ਰਹੀਆਂ ਹਨ ਉਹ 'ਚ ਤਪੱਸਿਆ ਜ਼ਿਆਦਾ ਹੈ ਉਸ 'ਚ ਮਿਹਨਤ ਜ਼ਿਆਦਾ ਹੈ ਉਸ 'ਚ ਉਸਤਾਦਾਂ ਪਾਸੋਂ ਸਿੱਖਣ ਸਿੱਖਦੇ ਸਿੱਖਦੇ 20 ਸਾਲ 30 ਸਾਲ ਬਾਅਦ ਜਾ ਕੇ ਉਹ ਮੈਚਿਓਰਟੀ ਆਉਂਦੀ ਹੈ ਅਤੇ ਉਹ ਅੱਜ ਕੱਲ੍ਹ ਦੀ ਜਿਹੜੀ ਨਵੀਂ ਜਨਰੇਸ਼ਨ ਹੈ ਉਸਨੂੰ ਕਾਮਯਾਬੀ ਛੇਤੀ ਚਾਹੀਦੀ ਹੈ ਇਸ ਦਾ ਮੁੱਖ ਕਾਰਨ ਇਹ ਵੀ ਹੈ ਅਤੇ ਦੂਜਾ ਕਾਰਨ ਅੱਜ ਕੱਲ੍ਹ ਦੀ ਜਿਹੜੀ ਭੱਜ ਦੌੜ ਵਾਲੀ ਜ਼ਿੰਦਗੀ ਹੈ ਇਹ 'ਚੋਂ ਜੋ ਮਨੁੱਖ ਹੈ ਉਹ ਸਮਾਂ ਨਹੀਂ ਕੱਢ ਪਾਉਂਦਾ ਉਸ ਉਹ ਪ੍ਰੋਪਰ ਰਿਆਜ਼ ਲਈ ਅਤੇ ਪ੍ਰੋਪਰ ਉਸਤਾਦਾਂ ਪਾਸੋਂ ਸਿੱਖਣ ਦਾ ਸਮਾਂ ਜੋ ਹੈ ਉਹ ਨਹੀਂ ਨਿਕਲ ਪਾਉਂਦਾ ਦੂਜਾ ਇੰਨੀ ਮਿਹਨਤ ਕਰਨ ਤੋਂ ਬਾਅਦ ਵੀ ਜੇ ਪ੍ਰੋਪਰ ਕਿਤੇ ਉਹਨੂੰ ਚੰਗੀ ਸਰਵਿਸ ਨਾ ਮਿਲੇ ਜਾਂ ਚੰਗਾ ਗਾਇਨ ਦੀ ਜਗ੍ਹਾ ਨਾ ਮਿਲੇ ਅਤੇ ਸੰਗਤਾਂ ਪਾਸੋਂ ਵੀ ਉਤਸ਼ਾਹ ਨਾ ਮਿਲੇ ਤਾਂ ਉਹ ਨਿਰਾਸ਼ ਹੋ ਜਾਂਦਾ ਹੈ ਜਿਸ ਕਰਕੇ ਸਾਡੀ ਇਹ ਪਰੰਪਰਾਵਾਂ ਹੈ ਸ਼ਾਸਤਰੀ ਸੰਗੀਤ ਦੀਆਂ ਗੁਰਮਤਿ ਸੰਗੀਤ ਦੀਆਂ ਇਹ ਅਲੋਪ ਹੁੰਦੀ ਜਾ ਰਹੀਆਂ ਹਨ ਕਮੇਟੀਆਂ ਨੂੰ ਉਪਰਾਲਾ ਚਾਹੀਦਾ ਹੈ ਕਿ ਵੱਧ ਤੋਂ ਵੱਧ ਐਸੇ ਰਾਗੀਆਂ ਨੂੰ ਪੁਰਾਤਨ ਸਿੰਘਾਂ ਨੂੰ ਜਿਹੜੇ ਕੀਰਤਨੀਏ ਨੇ ਇਹਨਾਂ ਨੂੰ ਉਤਸ਼ਾਹ ਨਾਲ ਇਹਨਾਂ ਦੀ ਸੈਲਰੀਜ਼ ਜੋ ਹੈ ਪ੍ਰੋਪਰ ਚੰਗੀ ਤਰ੍ਹਾਂ ਦਿੱਤੀਆਂ ਜਾਣ ਤਾਂ ਕਿ ਇਹਨਾਂ ਜਿਹੜਾ ਮਿਹਨਤਾਨਾ ਹੈ ਇਹਨਾਂ ਦੀ ਆਪਣੀ ਮਿਹਨਤਾਂ ਹੈ ਉਸਨੂੰ ਫਲ ਲੱਗ ਸਕੇ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਹੀ ਹੋਏਗਾ ਸਾਡੀ ਰਾਗ ਪਰੰਪਰਾ ਪਤਾ ਨਹੀਂ ਅਲੋਪ ਹੁੰਦੀ ਹੁੰਦੀ ਕਿਤੇ ਖਤਮ ਹੀ ਨਾ ਹੋ ਜਾਵੇ ਅਤੇ ਇਹਨੂੰ ਲੋੜ ਹੈ ਮੁੜ ਸੁਰਜੀਤ ਕਰਨ ਦੀ ਕਿ ਹਰ ਪਾਸੋਂ ਅਸੀਂ ਕੋਸ਼ਿਸ਼ ਕਰੀਏ ਸ਼੍ਰੋਮਣੀ ਕਮੇਟੀ ਵੱਲੋਂ ਉਪਰਾਲੇ ਹੋ ਰਹੇ ਹਨ 35 ਸਾਲ ਪਹਿਲੇ ਖਤਮ ਹੁੰਦਾ ਜਾ ਰਿਹਾ ਸੀ ਪਰ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਅਤੇ ਚੌਥਾ ਜਿਹੜਾ ਚੌਂਕੀ ਲੱਗਦੀ ਹੈ ਦਰਬਾਰ ਸਾਹਿਬ ਅਤੇ ਚੌਥਾ ਜਿਹੜਾ ਹੈ ਸਿੰਘ ਆਪਣਾ 37 ਸਾਜ ਨਾਲ ਸਾਡੇ ਪੁਰਾਤਨ ਸਾਜ ਹਨ ਤਾਊਸ ਹੈ ਜਾਂ ਦਿਲਰੁਬਾ ਹੈ ਜਾਂ ਸਰੰਦਾ ਹੈ ਜਾਂ ਰਬਾਬ ਹੈ ਉਸ ਨਾਲ ਇੱਕ ਸਿੰਘ ਜ਼ਰੂਰ ਹਾਜ਼ਰੀ ਭਰਦਾ ਹੈ ਅਤੇ ਅੱਛਾ ਉਪਰਾਲਾ ਹੈ ਇਸ ਤਰ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਹੋਰ ਉਪਰਾਲੇ ਹੋਣੇ ਚਾਹੀਦੇ ਹਨ ਕਿ ਵਿੱਦਿਅਕ ਅਦਾਰਿਆਂ ਵਿੱਚ ਜੋ ਹੈ ਸੰਗੀਤ ਹੈ ਕੀਰਤਨ ਹੈ ਇਹ ਕੰਪਲਸਰੀ ਕਰ ਦਿੱਤਾ ਜਾਏ ਸਕੂਲ ਕਾਲਜ ਵਿੱਚ ਹੈ ਇਸ ਤਰ੍ਹਾਂ ਟੀਚਰਸ ਨੂੰ ਵੀ ਜਿਹੜੇ ਸੰਗੀਤ ਦੇ ਅਧਿਆਪਕ ਹਨ ਉਹਨਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਨਵੀਂ ਪਨੀਰੀ ਹੈ ਉਹਨਾਂ ਨੂੰ ਸਿੱਖਣ ਨੂੰ ਮਿਲੇਗਾ ਅਤੇ ਇਸ ਦੇ ਵਿੱਚ ਵਾਧਾ ਹੋਵੇਗਾ ਬਿਲਕੁਲ ਜੀ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਕਿ ਅਸੀਂ ਰਾਗਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ ਪਰ ਇਹ ਬਹੁਤ ਜ਼ਰੂਰੀ ਹੈ ਕਿ ਗੁਰੂ ਸਾਹਿਬ ਜੀ ਦੇ ਹੁਕਮ ਨੂੰ ਉਪਦੇਸ਼ ਨੂੰ ਅਸੀਂ ਸਮਝੀਏ ਰਾਗਾਂ ਦੇ ਨਾਲ ਜੁੜੀਏ ਅਤੇ ਜੇਕਰ ਅਸੀਂ ਰਾਗ ਦੀ ਗੱਲ ਕਰ ਰਹੇ ਸੀ ਤਾਂ ਉਹ ਅੱਜ ਦੇ ਇਸ ਗੁਰਬਾਣੀ ਵਿਚਾਰ ਚਰਚਾ ਦੇ ਵਿਸ਼ੇ ਦੇ ਵਿੱਚ ਬਸੰਤ ਰਾਗ ਦੀ ਗੱਲ ਹੋ ਰਹੀ ਸੀ ਬਸੰਤ ਰੁੱਤ ਦੀ ਗੱਲ ਹੋ ਰਹੀ ਸੀ ਗੁਰੂ ਸਾਧ ਜੀਓ ਇਹ ਸੀ ਅੱਜ ਦੀ ਸਾਡੀ ਵਿਚਾਰ ਚਰਚਾ ਬਸੰਤ ਰਾਗ ਅਤੇ ਬਸੰਤ ਰੁੱਤ ਦੇ ਨਾਲ ਸੰਬੰਧਿਤ ਗੁਰਮੁਖ ਸਿੰਘ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਆਪ ਜੀ ਨੇ ਇਸ ਵਿਸ਼ੇ ਦੇ ਨਾਲ ਜੁੜਦਿਆਂ ਹੋਇਆਂ ਸੰਗਤਾਂ ਨੂੰ ਵੱਡਮੁੱਲੀ ਜਾਣਕਾਰੀ ਪ੍ਰਦਾਨ ਕੀਤੀ ਹੈ ਅਸੀਂ ਅਕਾਲ ਚੈਨਲ ਦੀ ਪੂਰੀ ਟੀਮ ਵੱਲੋਂ ਆਪ ਜੀ ਦਾ ਧੰਨਵਾਦ ਕਰਦੇ ਹਾਂ ਗੁਰੂ ਸਾਹਿਬ ਕਿਰਪਾ ਕਰਨ ਫਿਰ ਸਬੱਬ ਵੀ ਮੇਲੇ ਮਿਲਣਗੇ ਫਿਰ ਗੁਰੂ ਸਾਹਿਬ ਇਸ ਤਰ੍ਹਾਂ ਬੈਠ ਕੇ ਵਿਚਾਰ ਚਰਚਾ ਕਰਨਗੇ ਗੁਰੂ ਰੂਪ ਸਾਧ ਸੰਗਤ ਜੀਓ ਆਓ ਗੁਰੂ ਸਾਹਿਬ ਜੀ ਦੀ ਫਤਿਹ ਦੀ ਸਾਂਝ ਦੇ ਨਾਲ ਆਪ ਜੀ ਤੋਂ ਵਿਦਾ ਲੈਂਦੇ ਹੋਏ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਇਸੇ ਤਰ੍ਹਾਂ ਗੁਰਬਾਣੀ ਵਿਚਾਰ ਚਰਚਾ ਦੇ ਨਾਲ ਆਪ ਜੀ ਦੇ ਨਾਲ ਫਿਰ ਜੁੜਨ ਦਾ ਯਤਨ ਕਰਾਂਗੇ ਆਪ ਜੀ ਆਪਣੇ ਇਸ ਨਿਮਾਣੇ ਜਿਹੇ ਸੇਵਕ ਸਵਰਨ ਸਿੰਘ ਨੂੰ ਦਵੋ ਇਜਾਜ਼ਤ ਕਰੋ ਕਿਰਪਾ ਗੱਜ ਵੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ